वो कोई अणपछाते बंदे आए दसदे आ उन्होंने मगर कि पुलिस दी गड्डियां लगियां तो उन्होंने जदों उन्होंने गड्डियां घेरा पाया तो वह गड्डियां आण के मकई दे विच वड़गियां दे बलविंदर सिंह बिल्ला नाम का एक खेत आ ते उहदे विच एक पुराना मकान बनिया उन्हें मकान नूं अपना बैंकर संभाल के बैंकर दे विच वड़ गए ने बैंकर समझ के वह बैंकर विच वड़े हुए मुमटी दे विचों थले नूं फायर कर रहे उदो साढ़े पंजाब पुलिस की कमांडो बाहरों फायर कर रही है तो फायरिंग की आवाज़ आ रही 10:40 जदों का घेरा पिया उदों की फायरिंग हो रही है तुहाडे कैमरे और तुहाडे मैक दे विच तुसीं आप ही कैच कर रहे हो भी हाले तक यह जी फायरिंग की आवाज़ आ रही है। ਇਹ ਵੀ ਸਾਡੀਆਂ ਮਾਵਾਂ ਦੇ ਪੁੱਤ ਨੇ ਜਿਹੜੇ ਮਰਦੇ ਨੇ ਉਹ ਵੀ ਸਾਡੀਆਂ ਮਾਵਾਂ ਦੇ ਪੁੱਤ ਨੇ। ਅਸੀਂ ਗੁਰੂ ਰਾਮਦਾਸ ਦੇ ਘਰ ਗੁਰੂ ਹਰਗੋਬਿੰਦ ਸਿੰਘ ਜੀ ਦੇ ਘਰ ਅਰਦਾਸ ਕਰਦੇ ਹਾਂ ਵੀ ਇਹਨਾਂ ਨੂੰ ਇਹਨਾਂ ਕੰਮਾਂ ਤੋਂ ਮੁੜ ਕੇ ਆਪਣੇ ਪਿੰਡਾਂ ਵਿੱਚ ਆਪਣੇ ਨਗਰਾਂ ਵਿੱਚ ਆਪਣੇ ਸ਼ਹਿਰਾਂ ਵਿੱਚ ਸੁਰਜੀਤ ਹੋਣਾ ਚਾਹੀਦਾ ਵਾ ਤਾਂ ਜੋ ਕਿ ਜਿਹੜੇ ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਉਹ ਵੀ ਸਾਡੇ ਹੀ ਭਰਾ ਨੇ ਸਾਡੀਆਂ ਮਾਤਾਵਾਂ ਭੈਣਾਂ ਦੇ ਭਰਾ ਪੁੱਤ ਨੇ ਅਤੇ ਉਹ ਜਿਹੜੇ ਇਹ ਜਿਹੜੇ ਗੈਂਗਸਟਰ ਬਣੇ ਨੇ ਪੁੱਠੀਆਂ ਰਾਹਾਂ ਉੱਤੇ ਚੱਲ ਕੇ ਇਹ ਵੀ ਸਾਡੀਆਂ ਹੀ ਪਰਿਵਾਰਾਂ ਵਿੱਚੋਂ ਗਏ ਨੇ। ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹ ਮਾੜੇ ਕੰਮ ਛੱਡ ਕੇ ਦੇ ਸਿੱਧੇ ਕੰਮਾਂ ਦੇ ਉੱਤੇ ਪੈ ਜਾਣ ਤਾਂ ਜੋ ਕਿ ਕਿਸੇ ਨੂੰ ਵੀ ਕਿਸੇ ਗੱਲ ਦਾ ਖਤਰਾ ਨਾ ਰਹੇ। ਆਪਾਂ ਦੇਸ਼ ਦੀ ਰਾਖੀ ਕਰਨ ਵਾਸਤੇ ਆਪਣੇ ਜੇ ਨੌਜਵਾਨ ਭਰਤੀ ਕੀਤੇ ਉਹ ਵੀ ਸਾਡੇ ਹੀ ਮਾਂ ਪਿਓ ਕਿੰਨੇ ਗੈਂਗਸਟਰ ਆ ਹਾਲੇ ਤੱਕ ਵੇਖੋ ਕੋਈ ਗੱਡੀਆਂ ਸੀ ਜਿਹੜੀਆਂ ਐਂਟਰ ਹੋਈਆਂ ਸੀ ਅੰਦਰ ਇੱਕ ਕਰੋਲਾ ਗੱਡੀ ਦੱਸਦੇ ਤੇ ਇੱਕ ਥਾਰ ਗੱਡੀ ਦੱਸਦੇ ਜਿਹੜੀਆਂ ਇੱਥੇ ਐਂਟਰ ਹੋਈਆਂ ਤੇ ਉਹਨਾਂ ਦੇ ਮਗਰ ਕਿਤੇ ਚੌਵਾਂ ਦੀ ਆਵਾਜ਼ ਆ ਜੀ ਹਾਲੇ ਤੱਕ ਤੇ ਚਲੋ ਕੋਈ 4 ਦੱਸ ਰਿਹਾ ਕੋਈ 2 ਦੱਸ ਰਿਹਾ ਤੇ ਉਹ ਗੱਡੀਆਂ ਭਜਾ ਕੇ ਉਹਨਾਂ ਖੇਤ ਵਿੱਚ ਵਾੜ ਦਿੱਤੀਆਂ ਕਿੰਨੇ ਕੋਈ ਮਾਰੇ ਆ ਜ਼ਖਮੀ ਇਹ ਸਰ ਕੋਈ ਹਾਲੀ ਪਤਾ ਨਹੀਂ ਲੱਗਣ ਡਿਆ ਇਹ ਤੇ ਤੁਹਾਡੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਵੀ ਇੱਕ ਗੈਂਗਸਟਰ ਦੱਸ ਦਿਆਗਾ ਐਨਕਾਊਂਟਰ ਹੋ ਗਿਆ ਰੂਪਾ ਦਾ ਐਨਕਾਊਂਟਰ ਹੋ ਗਿਆ ਤੁਹਾਡੇ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਹਾਲੇ ਤੱਕ ਵੇਖੋ ਪੁਲਿਸ ਪ੍ਰਸ਼ਾਸਨ ਕਿਸੇ ਨੂੰ ਲਾਗੇ ਨਹੀਂ ਜਾਣ ਦੇਣ ਡਿਆ ਗੋਲੀ ਦੀ ਆਵਾਜ਼ ਆਈ ਹੈ ਮੈਂ ਸਾਰੇ ਵੀਰਾਂ ਨੂੰ ਅਪੀਲ ਕਰਦਾ ਵੀ ਇਹੋ ਜਿਹੇ ਥਾਂ ਤੇ ਜਿਸ ਤਰ੍ਹਾਂ ਗੋਲੀਬਾਰੀ ਹੋ ਰਹੀ ਹੈ ਸਾਨੂੰ ਵੀ ਅੱਗੇ ਨਹੀਂ ਜਾਣਾ ਚਾਹੀਦਾ ਦਿਲ ਵਧੀ ਕਰਕੇ ਅਸੀਂ ਅੱਗੇ ਚਲੇ ਜਾਂਦੇ ਹਾਂ ਜਿਸ ਤਰ੍ਹਾਂ ਪਿੱਛੇ 84 ਦਾ ਮਾਹੌਲ ਸੀ ਅੱਜ ਉਹ 84 ਵਾਲਾ ਮਾਹੌਲ ਫਿਰ ਦੁਬਾਰੇ ਬਣਿਆ ਹੋਇਆ ਵਾ ਸਾਹਿਬ ਨਾਲ ਦੇ ਪਿੰਡਾਂ ਦੇ ਵਿੱਚ ਕਿੱਦਾਂ ਦਾ ਮਾਹੌਲ ਪਾਇਆ ਜਾ ਰਿਹਾ ਦੇਖੋ ਜੀ ਪਕਣਾ ਹਿਸ਼ਿਆਰਨਗਰ ਦੇ ਲਾਗੇ ਜਿਹੜੇ ਡੇਰੇ ਵਸਦੇ ਉਹਨਾਂ ਵਿੱਚ ਇੱਕ ਬੜਾ ਜ਼ਿਆਦਾ ਦਹਿਸ ਦਾ ਮਾਹੌਲ ਪਾਇਆ ਜਦੋਂ ਸਕੂਲ ਦੇ ਵਿੱਚੋਂ ਬੱਚੇ ਪੜ੍ਹ ਕੇ ਸਾਡੇ ਪਕਣੇ 'ਚ ਸਾਡੀਆਂ ਬੇਟੀਆਂ ਉਹ ਬੇਟੇ ਪੜ੍ਹ ਕੇ ਆ ਰਹੇ ਸੀਗੇ ਉਹ ਬੜੇ ਇੱਕ ਸਹਿਮੇ ਹੋਏ ਸੀਗੇ ਤੇ ਆਣ ਕੇ ਆਪਣੇ ਮਾਵਾਂ ਦੇ ਗੱਲ ਲਾ ਕੇ ਰੋ ਰਹੇ ਸੀ ਵੀ ਆਪਣੇ ਏਰੀਏ ਵਿੱਚ ਅੱਜ ਇੱਕ ਬੜਾ ਜ਼ਿਆਦਾ ਗੋਲੀਬਾਰੀ ਦਾ ਮਾਹੌਲ ਬਣਿਆ ਤੇ ਬੱਚੇ ਬੜੇ ਸਹਿਮੇ ਹੋਏ ਸੀਗੇ ਤੇ ਉਹ ਭੱਜ ਕੇ ਜਦੋਂ ਬੱਸਾਂ ਵਿੱਚ ਉਤਰੇ ਤੇ ਜਲਦੀ ਜਲਦੀ ਆਪਣੇ ਘਰਾਂ ਵਿੱਚ ਵੜ ਗਏ ਨੇ ਤੇ ਉਹ ਬੱਚੇ ਵੀ ਬੜੇ ਪੁਲਿਸ ਹੋਣੀ ਵੀ ਤਬਦੀਲ ਹੋ ਚੁੱਕੇ ਨੇ ਇਹ ਜਿਹੜੇ ਦੋ ਪਿੰਡ ਆ ਹਿਸ਼ਿਆਰਨਗਰ ਚੀਚਾ ਔਰ ਤੀਜਾ ਪਿੰਡ ਭਕਣਾ ਇਹ ਪੁਲਿਸ ਛਾਉਣੀ ਵਿੱਚ ਤਬਦੀਲ ਹੋ ਚੁੱਕੇ ਨੇ ਦੋ ਜ਼ਿਲ੍ਹਿਆਂ ਦੀ ਇੱਥੇ ਪੂਰੀ ਪੁਲਿਸ ਫੋਰਸ ਪਹੁੰਚੀ ਹੋਈ ਹੈ ਔਰ ਨਾਲ ਕਮਾਂਡੋ ਵੀ ਪਹੁੰਚੀ ਹੋਈ ਹੈ ਅਪਡੇਟ ਕੀ ਹੁਣ ਤੱਕ ਕੀ ਮਤਲਬ ਹਾਲੇ ਤੱਕ ਤੇ ਉਹ ਹਾਲੇ ਗੋਲੀਆਂ ਦੀ ਆਵਾਜ਼ ਆ ਰਹੀ ਹਾਲੇ ਪਤਾ ਨਹੀਂ ਲੱਗ ਰਿਹਾ ਕੋਈ ਵੀ ਵੇਖੋ ਤੁਹਾਡੇ ਸਾਹਮਣੇ ਕੈਮਰੇ ਵਿੱਚ ਦਿਸੀ ਰਹੀ ਬਵੇਲੀ ਦੇ ਵਿੱਚ ਉਹ ਵੜੇ ਹੋਏ ਨੇ ਹਾਲੇ ਤੱਕ ਉਹ ਹਾਲੇ ਤੇ ਇਹ ਆ ਵੀ ਟਾਈਮ